ਜਸਵੰਤ ਬਾਬਾ ਜੀ ਦੇ ਚਰਨਾਂ ਨਾਮ ਮਨਜੀਤ ਸਿੰਘ ਆਓ ਜਨਾ ਮੇਰਾ ਚੰਡੀਗੜ੍ਹ ਨੇੜੇ ਮੁੱਲਾਂ ਪਰੇ ਹੈ ਕਰਾਂ ਸਿਵਲ ਸਕੱਤਰੇ ਤਕਰਾਂ ਨੌਕਰੀ ਦਿੱਕਤਾਂ ਦੀ ਨਾਲ ਚੱਕੀ ਚੀਰਾਂ ਟੋਕਰੀ ਮੈਂ ਨਹੀਂ ਕਹਿੰਦਾ ਮੈਂ ਕੋਈ ਸਾਹਿਤਕਾਰ ਹਾਂ ਨਾ ਮੈਂ ਗਵਈਆਂ ਨਾ ਮੈਂ ਗੀਤਕਾਰ ਹਾਂ ਕੀ ਆ ਸ਼ਹਿਰਾਂ ਦੇ ਫਨਕਾਰਾਂ ਦੇ ਨਾਲ ਸਾਡੀ ਯਾਰੀ ਹੈ ਬਸ ਇਸੇ ਮਾਣ ਚ ਆ ਕੇ ਕਵਿਤਾ ਗਈ ਉਚਾਰੀ ਹੈ ਲੋ ਇੱਕ ਛੋਟੀ ਜਿਹੀ ਹਾਜ਼ਰ ਜੀ ਇੱਕ ਗੀਤ ਮੇਰੀ ਸਭ ਤੋਂ ਪਹਿਲਾਂ ਮੈਂ ਰਤਨ ਸਾਹਿਬ ਤੋਂ ਸ਼ਰਧਾਂਜਲੀ ਭੇਟ ਕਰਦਾ ਹਾਂ ਪੰਜਾਬ ਸਕੱਤਰ ਸਹਿਤ ਸਭਾ ਵੱਲੋਂ ਅਤੇ ਵੀ ਕੇ ਸ਼ਰਮਾ ਜੀ ਅਤੇ ਏ ਕੇ ਸ਼ਰਮਾ ਜੀ ਦਾ ਬਹੁਤ ਧੰਨਵਾਦ ਬਾਣੀਆਂ ਕਹਾਣੀਆਂ ਪੁੱਤਰੇ ਲਓ ਜੀ ਮੇਰੇ ਗੀਤ ਦਾ ਟਾਈਟਲ ਹੈ ਵੰਡ ਵੇਲੇ ਤੋਂ ਟੁਕੜੇ ਕੀਤਾ ਪੰਜਾਬ ਦੀ ਤਰਾਸਦੀ ਹੈ ਗੀਤ ਤੋਂ ਪਹਿਲਾਂ ਮੈਂ ਕਿਉਂਕਿ ਉਸਤਾਦ ਜੀ ਮੇਰੇ ਦਾਊ ਸਾਹਿਬ ਬੈਠੇ ਨੇ ਮੈਂ ਸੁਣਾਉਣਾ ਕੁਛ ਹੋਰ ਸੀ ਦਾਊ ਸਾਹਿਬ ਨੂੰ ਦੇਖ ਕੇ ਮੈਨੂੰ ਕੁਛ ਹੋਰ ਯਾਦ ਆ ਗਿਆ ਸ਼ਰਮਾ ਜੀ ਕਹਿੰਦੇ ਸੀ ਕੁਛ ਯਾਦ ਕਰਕੇ ਆਉਣਾ ਇੱਕ ਨਜ਼ਮ ਮੈਂ ਕਿਹਾ ਜੀ ਮੇਰਾ ਤਾਂ ਕੁਦਰਤੀ ਪਰਮਾਤਮਾ ਦੀ ਗੋਡ ਗਿਫਟ ਹੈ ਅੱਜ ਤੱਕ ਜਿੰਨਾ ਲਿਖਿਆ ਸਭ ਜਵਾਨੀ ਯਾਦ ਹੈ ਕੁਛ ਇਹੋ ਜਿਹਾ ਜਿਹੜਾ ਨਹੀਂ ਵੀ ਲਿਖਾ ਲਿਖਿਆ ਉਹ ਵੀ ਜਵਾਨੀ ਯਾਦ ਹੈ ਸੋ ਇੱਕ ਗੀਤ ਹੈ ਇਹ 28 ਪਿੰਡਾਂ ਦਾ ਜ਼ਿਕਰ ਆਮ ਮਹਿਫਲਾਂ 'ਚ ਹੁੰਦਾ ਜਿਹੜੇ ਕੁੱਜੜੇ ਚੰਡੀਗੜ੍ਹ ਦੇ ਪਿੰਡ ਉਹ ਮੈਂ 28 ਪਿੰਡਾਂ ਦੇ ਨਾਂ ਪਹਿਲਾਂ ਗੀਤ ਤੋਂ ਗਿਣਨੇ ਆ ਨਾਂ ਮੈਂ ਗਿਣਾਂ ਦਾ ਉਂਗਲਾਂ ਦੇ ਤੁਸੀਂ ਗਿਣਨੇ ਕਿੱਦਾਂ ਉਹ ਸੰਨ 47 ਦੇ ਵਿੱਚ ਆਪਾਂ ਦੇਸ਼ ਆਜ਼ਾਦ ਕਰਾਇਆ ਸੀ ਇਹ ਵੀ ਸਮਝੋ ਉਸ ਦੇ ਨੇ ਆਪਾਂ ਪੰਜਾਬ ਤੋਂ ਫਾੜ ਕਰਾਇਆ ਸੀ ਰਾਜਧਾਨੀ ਲਾਹੌਰ ਲੈਂਦੇ ਵਾਲਿਆਂ ਦੇ ਹੱਥ ਖਾ ਗਈ ਸੀ ਚੜ੍ਹਦੇ ਪੰਜਾਬ ਨੂੰ ਰਾਜਧਾਨੀ ਦੀ ਚਿੰਤਾ ਵੱਟ ਵੱਟ ਖਾ ਗਈ ਸੀ 50 ਲੱਖ ਦਾ ਉਦੋਂ ਲੈ ਕੇ ਕਰਜ਼ਾ ਚੰਡੀਗੜ੍ਹ ਵਸਾਇਆ ਸੀ ਇਹ ਵੀ ਸਮਝੋ 28 ਪਿੰਡਾਂ ਨੂੰ ਮਲੀਆ ਮੇਟ ਕਰਾਇਆ ਸੀ 28 ਪਿੰਡਾਂ ਨੂੰ ਜਾੜ ਕੇ ਆਪਾਂ ਚੰਡੀਗੜ੍ਹ ਵਸਾਇਆ ਸੀ ਉਹ 28 ਪਿੰਡ ਕਿਹੜੇ ਸੀ ਕੈਂਡਣ ਕੰਥਾਲਾ ਭੰਗੀ ਮਾਜਰਾ ਦਤਾਰਪੁਰ ਬੀਜਰਾਗ ਮੋਜੀ ਸਿੰਘ ਝੂਮਰੂ ਨਜਾਮਪੁਰ ਠੈਤਾ ਗੁਰਦਾਸਪੁਰ ਕਾਂਜੀ ਮਾਜਰਾ ਬਜਵਾੜਾ ਬਜਵਾੜੀ ਮੇਲੇ ਮਾਜਰਾ ਸ਼ਾਹਪੁਰ ਫਤਿਹਗੜ੍ਹ ਮਾਦੜੀਆਂ ਖੇੜੀ ਨੀ ਮੁਲਕੀ ਬਣਾਓ ਪਰ ਸਾਣ ਦਲਹਿਣੀ ਜੈਪੁਰਾ ਸਜਾਦਪੁਰ ਰਸੈਣੀ ਮਾਜਰਾ ਕਾਲੀ ਬਾੜ ਨਗਲਾ ਤੇ ਮੈਨ ਮਾਜਰਾ ਪੜੈਲ ਪਟੇਲਾ ਬੜ ਹੇੜੀ ਜਹੇੜੀ ਮੇਲ ਸੌਰਾ ਤੇ ਘਟਾ ਵਜੇ ਇਹ ਪਿੰਡ ਸੀ ਜਿੱਥੇ ਹੁਣ ਚੰਡੀਗੜ੍ਹ ਸ਼ਹਿਰ ਵੱਸਦਾ ਇੱਥੋਂ ਉੱਜੜੇ ਪਵਾਦ ਦੇ 28 ਪਿੰਡ ਜੀ ਜਿੱਥੇ ਹੁਣ ਚੰਡੀਗੜ੍ਹ ਸ਼ਹਿਰ ਵੱਸਦਾ ਇੱਥੋਂ ਉੱਜੜੇ ਪਵਾਦ ਦੇ 28 ਪਿੰਡ ਜੀ ਉਹ ਗੁਰੂਆਂ ਪੀਰਾਂ ਦੀ ਇਹ ਧਰਤੀ ਦੇਖੋ ਕੈਸੀ ਹਾਲਤ ਕਰਦੀ ਗੁਰੂਆਂ ਪੀਰਾਂ ਦੀ ਇਹ ਧਰਤੀ ਦੇਖੋ ਕੈਸੀ ਹਾਲਤ ਕਰਦੀ ਵੰਡ ਵੇਲੇ ਤੋਂ ਟੁਕੜੇ ਕੀਤਾ ਵੰਡ ਵੇਲੇ ਤੋਂ ਟੁਕੜੇ ਕੀਤਾ ਮਗਰੋਂ 3 ਤਿਹਾਈ ਪੰਜਾਬ ਮੇਰੇ ਨੂੰ ਚੋੜਨ ਦੀ ਮੁੜ ਕੇ ਰੁੱਤ ਨਾ ਆਈ ਪੰਜਾਬ ਮੇਰੇ ਨੂੰ ਚੋੜਨ ਦੀ ਕਿਉਂ ਮੁੜ ਕੇ ਰੁੱਤ ਨਾ ਆਈ ਉਹ ਵੰਡ ਵੇਲੇ ਤੋਂ ਟੁਕੜੇ ਕੀਤਾ ਵਿੱਚ ਵਿਰਾਸਤ ਮਿਲਿਆ ਕਰਜ਼ਾ ਜਦੋਂ ਲਾਹੌਰ ਨੂੰ ਛੱਡਿਆ ਸੀ ਰਾਜਧਾਨੀ ਦੀ ਖਾਤਰ ਝੰਡਾ ਵਿੱਚ ਪਵਾਦ ਦੇ ਕੱਢਿਆ ਸੀ ਉਹ ਵਿੱਚ
ਵਿੱਚ ਵਿਰਾਸਤ ਮਿਲਿਆ ਕਰਜਾ ਜਦੋਂ ਲਾਹੌਰੇ ਨੂੰ ਛੱਡਿਆ ਹਸੀ ਰਾਜਧਾਨੀ ਦੀ ਖਾਤਰ ਝੰਡਾ ਵਿੱਚ ਪਵਾਰ ਤੇ ਕੱਢਿਆ ਸੀ ਉਹ ਚੰਡੀਗੜ੍ਹ ਫੇਰ ਪਿਆ ਬਣਾਉਣਾ ਚੰਡੀਗੜ੍ਹ ਫੇਰ ਪਿਆ ਬਣਾਉਣਾ ਉੱਜੜੇ ਪਿੰਡ ਅਠਾਈ ਪੰਜਾਬ ਮੇਰੇ ਨੂੰ ਚੋਲਣ ਦੀ ਹੋ ਮੁੜ ਕੇ ਰੁੱਤ ਨ ਆਈ ਪੰਜਾਬ ਮੇਰੇ ਨੂੰ ਚੋਲਣ ਦੀ ਕਿਉਂ ਮੁੜ ਕੇ ਰੁੱਤ ਨ ਆਈ ਉਹ ਵੰਡ ਵੇਲੇ ਤੋਂ ਟੁਕੜੇ ਕੀਤਾ ਉਹ ਜਾਬਰ ਜਗ ਵੀ ਚੜ ਕੇ ਆਇਆ ਠੋਕਿਆ ਸਦਾ ਪੰਜਾਬੀਆਂ ਨੇ ਦੇਸ਼ ਮੇਰੇ ਤੇ ਦੁਸ਼ਮਣ ਦਾ ਰਾਹ ਰੋਕਿਆ ਸਦਾ ਪੰਜਾਬੀਆਂ ਨੇ ਜਾਬਰ ਜਗ ਵੀ ਚੜ ਕੇ ਆਇਆ ਠੋਕਿਆ ਸਦਾ ਪੰਜਾਬੀਆਂ ਨੇ ਦੇਸ਼ ਮੇਰੇ ਤੇ ਦੁਸ਼ਮਣ ਦਾ ਰਾਹ ਰੋਕਿਆ ਸਦਾ ਪੰਜਾਬੀਆਂ ਨੇ ਉਹ ਇੱਕੋ ਚੋਰਾ ਦਿਲ ਦੇ ਅੰਦਰ ਇੱਕੋ ਚੋਰਾ ਦਿਲ ਦੇ ਅੰਦਰ ਕਦਰ ਕਿਸੇ ਨਾ ਪੰਜਾਬ ਮੇਰੇ ਨੂੰ ਚੋਲਣ ਦੀ ਹੋੜ ਕੇ ਰੁੱਤ ਨ ਆਈ ਪੰਜਾਬ ਮੇਰੇ ਨੂੰ ਚੋਲਣ ਦੀ ਕਿਉਂ ਮੁੜ ਕੇ ਰੁੱਤ ਨ ਆਈ ਉਹ ਵੰਡ ਵੇਲੇ ਤੋਂ ਉਕੜੇ ਕੀਤਾ ਉਹ ਰੀਸ ਕਿਸੇ ਤੋਂ ਕਰਨੀ ਹੋਣੀ ਐਸੇ ਝੰਡੇ ਝੁਲਾਏ ਨੇ ਦੁਨੀਆਂ ਵਿੱਚ ਮਲ ਗੀਤ ਔਜਲੇ ਉਤ ਪੰਜਾਬ ਦੇ ਛਾਏ ਨੇ ਰੀਸ ਕਿਸੇ ਤੋਂ ਕਰਨੀ ਹੋਣੀ ਐਸੇ ਝੰਡੇ ਝੁਲਾਏ ਨੇ ਦੁਨੀਆਂ ਵਿੱਚ ਮਲ ਗੀਤ ਔਜਲੇ ਉਤ ਪੰਜਾਬ ਦੇ ਛਾਏ ਨੇ ਉਹ ਜਿਸ ਮਹਿਫਲ ਵਿੱਚ ਹੋਣ ਪੰਜਾਬੀ ਜਿਸ ਮਹਿਫਲ ਵਿੱਚ ਹੋਣ ਪੰਜਾਬੀ ਰੌਣਕ ਦੂਣ ਸਵਾਈ ਪੰਜਾਬ ਮੇਰੇ ਨੂੰ ਚੋਲਣ ਦੀ ਹੋ ਮੁੜ ਕੇ ਰੁੱਤ ਨ ਆਈ ਪੰਜਾਬ ਮੇਰੇ ਨੂੰ ਚੋਲਣ ਦੀ ਕਿਉਂ ਮੁੜ ਕੇ ਰੁੱਤ ਨ ਆਈ ਉਹ ਵੰਡ ਵੇਲੇ ਦੋ ਟੁਕੜੇ ਕੀਤਾ ਬਹੁਤ ਧੰਨਵਾਦ ਜੀ।